ਸਤਿ ਸ਼੍ਰੀ ਅਕਾਲ ਜੀ, ਮੈਂ ਫਤਿਹ ਸਿੰਘ, ਡਾਕਟਰ ਸੁਮਿਤਾ ਸੂਫਤ ਹੋਸਪਿਟਲ ਤੋਂ। ਇਹ ਸਾਡੇ ਪੇਸ਼ੈਂਟ ਨੇ ਜੀ ਜਗਦੀਸ਼ ਸਿੰਘ, ਇਹਨਾਂ ਦੀ ਵਾਈਫ ਦਾ ਨਾਮ ਨਿਰਮਲਾ ਰਾਣੀ, ਅਤੇ ਇਹ ਡਿਸਟ੍ਰਿਕਟ ਪਟਿਆਲਾ ਤੋਂ ਬਿਲੋਂਗ ਕਰਦੇ ਨੇ। ਇਹਨਾਂ ਦੇ ਵਿਆਹ ਨੂੰ ਜੀ 6 ਤੋਂ 7 ਸਾਲ ਦਾ ਟਾਈਮ ਹੋ ਗਿਆ ਸੀ, ਪਰ ਇਹਨਾਂ ਦੇ ਕੋਈ ਵੀ ਬੱਚਾ ਨਹੀਂ ਸੀਗਾ। ਕਾਫੀ ਮੈਡੀਸਨਸ ਖਾਣ ਤੋਂ ਬਾਅਦ, ਇਲਾਜ ਕਰਾਉਣ ਤੋਂ ਬਾਅਦ, ਕਾਫੀ ਡਾਕਟਰਾਂ ਨੂੰ ਮਿਲਣ ਤੋਂ ਬਾਅਦ ਵੀ ਇਹਨਾਂ ਦੇ ਕੋਈ ਵੀ ਬੱਚਾ ਨਹੀਂ ਹੋਇਆ। ਅਤੇ ਅਖੀਰ ਇਹਨਾਂ ਨੇ ਡਾਕਟਰ ਸੁਮਿਤਾ ਸੂਫਤ ਜੀ ਦਾ ਪ੍ਰੋਗਰਾਮ ਦੇਖਿਆ TV ਦੇ ਵਿੱਚ। ਉਸ ਪ੍ਰੋਗਰਾਮ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ, ਹਸਬੈਂਡ ਵਾਈਫ ਨੇ, ਡਿਸੀਜ਼ਨ ਲਿਆ ਕਿ ਅਸੀਂ ਡਾਕਟਰ ਸੁਮਿਤਾ ਸੂਫਤ ਤੋਂ ਜਿਹੜਾ ਆਪਣਾ ਇਲਾਜ ਸ਼ੁਰੂ ਕਰਾਂਗੇ। ਅਤੇ ਇਹ ਡਾਕਟਰ ਸੁਮਿਤਾ ਸੂਫਤ ਹੋਸਪਿਟਲ ਲੁਧਿਆਣਾ ਵਿਖੇ ਆਏ, ਜਿੱਥੇ ਕਿ ਇਹਨਾਂ ਦਾ ਇਲਾਜ ਸ਼ੁਰੂ ਹੋਇਆ। ਡਾਕਟਰ ਸੁਮਿਤਾ ਜੀ ਨੇ ਬਹੁਤ ਹੀ ਵਧੀਆ ਢੰਗ ਨਾਲ ਇਹਨਾਂ ਦਾ ਇਲਾਜ ਕੀਤਾ, ਅਤੇ ਇਹਨਾਂ ਦਾ ਜੋ ਇਲਾਜ ਹੈ ਉਹ ਟੈਸਟ ਟਿਊਬ ਬੇਬੀ ਵਿਧੀ ਦੁਆਰਾ, ICSI ਵਿਧੀ ਦੁਆਰਾ ਹੋਇਆ, ਅਤੇ ਜੋ ਕਿ ਸਫਲ ਵੀ ਰਿਹਾ। ਇਲਾਜ ਇਹਨਾਂ ਦਾ 2 ਤੋਂ 3 ਮਹੀਨੇ ਤੱਕ ਚੱਲਿਆ। ਉਸ ਤੋਂ ਬਾਅਦ ਜੀ ਇਹਨਾਂ ਦੇ ਵਾਈਫ ਦੀ ਜਿਹੜੀ ਹੈ ਪ੍ਰੈਗਨੈਂਸੀ ਦੀ ਰਿਪੋਰਟ ਪੋਜ਼ਿਟਿਵ ਆ ਗਈ, ਅਤੇ ਅੱਜ ਇਹਨਾਂ ਦੇ ਵਾਈਫ ਨੂੰ 4 ਤੋਂ 5 ਮਹੀਨੇ ਦੀ ਜਿਹੜੀ ਪ੍ਰੈਗਨੈਂਸੀ ਹੈ, ਪੇਸ਼ੈਂਟ ਅਤੇ ਬੱਚਾ ਦੋਵੇਂ ਬਿਲਕੁਲ ਠੀਕ ਨੇ। ਅਤੇ ਅੱਜ ਜਗਦੀਸ਼ ਸਿੰਘ ਜੀ ਆਪਣੇ ਵੱਲੋਂ, ਆਪਣੇ ਪੂਰੇ ਪਰਿਵਾਰ ਵੱਲੋਂ ਡਾਕਟਰ ਸੁਮਿਤਾ ਸੂਫਤ ਜੀ ਦਾ ਧੰਨਵਾਦ ਕਰਨਾ ਚਾਹੁੰਦੇ ਨੇ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਜੀ ਅਸੀਂ ਸਾਰੇ ਪਰਿਵਾਰ ਵੱਲੋਂ ਜੀ ਮੈਡਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ, ਜਿਨ੍ਹਾਂ ਨੇ ਸਾਨੂੰ ਪੁੱਤਰ ਦੀ ਦਾਤ, ਜੋ ਬੱਚੇ ਦਾਤ ਹੈ, ਬਖਸ਼ੀ ਹੈ ਜੀ। ਅਸੀਂ ਬਹੁਤ ਦਵਾਈ ਖਾ ਚੁੱਕੇ, ਸਾਨੂੰ ਕਿਤੋਂ ਕੋਈ ਫਰਕ ਨਹੀਂ ਪਿਆ ਸੀਗਾ ਜੀ। ਇੱਥੇ ਸਾਨੂੰ ਪਤਾ ਲੱਗਾ, ਫਿਰ ਐਡ ਦੇਖੀ ਮੈਡਮ ਦੀ TV 'ਤੇ ਜੀ, ਤਾਂ ਸਾਨੂੰ ਪਤਾ ਲੱਗਾ। ਅਸੀਂ ਉਰੇ ਆਏ ਜੀ ਤਾਂ ਉਰੇ ਆ ਕੇ ਮੈਡਮ ਨੇ ਬਹੁਤ ਵਧੀਆ ਟ੍ਰੀਟਮੈਂਟ ਕੀਤਾ ਜੀ ਸਾਡਾ, ਅਤੇ ਬਹੁਤ ਵਧੀਆ ਦਵਾਈ ਦਿੱਤੀ ਉਹਨਾਂ ਨੇ ਜੀ। ਅਤੇ ਹੁਣ ਮੇਰੇ ਘਰਵਾਲੀ ਦੇ ਬੱਚਾ ਹੋਣਾ ਹੈ ਜੀ, ਮਤਲਬ ਕਿ ਇਹਨਾਂ ਦੀ ਕਿਰਪਾ ਨਾਲ ਸਭ ਕੁਛ ਹੋਇਆ ਜੀ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਜੀ ਮੈਡਮ ਦਾ ਜੀ, ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਜੀ।